ਸਟੂਡੈਂਟਸ ਅੱਜ ਅਸੀਂ ਕਰਾਂਗੇ ਕਰੰਟ ਅਫੇਅਰ 25 ਫਰਵਰੀ 2024 ਸੋ ਐਂਡ ਤੱਕ ਬਣੇ ਰਹਿਣਾ ਸ਼ੁਰੂ ਕਰਦੇ ਹਾਂ ਇਨ ਵਿੱਚ ਇੰਡੀਅਨ ਸਟੇਟ ਡਿਡ ਦੀ ਇੰਡੀਅਨ ਆਰਮੀ ਲਾਂਚ ਔਮਨ ਸਕਿੱਲ ਡਿਵੈਲਪਮੈਂਟ ਇਨੀਸ਼ੀਏਟਿਵ ਕਹਿੰਦੇ ਕਿ ਇਹ ਜਿਹੜੀ ਪਹਿਲ ਹੈ ਇੰਡੀਅਨ ਆਰਮੀ ਨੇ ਸ਼ੁਰੂ ਕੀਤੀ ਹੈ ਔਮਨ ਸਕਿੱਲ ਡਿਵੈਲਪਮੈਂਟ ਇਹ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਸੋ ਇਹ ਸ਼ੁਰੂ ਕੀਤੀ ਗਈ ਹੈ ਮਨੀਪੁਰ ਦੇ ਵਿੱਚ ਨੈਕਸਟ ਵਟ ਇਜ਼ ਦਾ ਥੀਮ ਫੋਰ ਨੈਸ਼ਨਲ ਸਾਇੰਸ ਡੇ ਟੂ ਥਾਊਜੈਂਡ ਟਵੰਟੀ ਫੋਰ ਕਹਿੰਦੇ ਕਿ ਦੋ ਹਜ਼ਾਰ ਚੌਵੀ ਦਾ ਨੈਸ਼ਨਲ ਸਾਇੰਸ ਡੇ ਦਾ ਜਿਹੜਾ ਥੀਮ ਸੀ ਉਹ ਕੀ ਸੀ ਉਹ ਸੀ ਇੰਡੀਜੀਨੀਅਸ ਟੈਕਨੋਲੋਜੀਸ ਫੋਰ ਵਿਕਸਿਤ ਭਾਰਤ ਨੈਕਸਟ ਵਿਚ ਸਟੇਟ ਰੀਸੈਂਟਲੀ ਪਾਸਡ ਏ ਰੈਜੋਲਿਊਸ਼ਨ ਫੋਰ ਦੀ ਕੰਪਰੀਹੈਂਸਿਵ ਹਾਊਸ ਹੋਲਡ ਕਾਸਟ ਸਰਵੇ ਕਹਿੰਦੇ ਵੀ ਕਿਹੜੇ ਰਾਜ ਦੇ ਵਿੱਚ ਇੱਕ ਰੈਜੋਲਿਊਸ਼ਨ ਜਾਣੀ ਕਿ ਮਤਾ ਲਿਆਂਦਾ ਗਿਆ ਕੰਪਰੀਹੈਂਸਿਵ ਹਾਊਸਹੋਲਡ ਕਾਸ ਸਰਵੇ ਦੇ ਲਈ ਸੋ ਇਹ ਤਿਲੰਗਨਾ ਦੇ ਵਿੱਚ ਲਿਆਂਦਾ ਗਿਆ ਜਿਹੜਾ ਇਹ ਜਿਹੜਾ ਨਵਾਂ ਮਤਾਂ ਲਿਆਂਦਾ ਗਿਆ ਨੈਕਸਟ ਵਿਚ ਕੋਲੈਸਟਰਲ ਬੋਡੀ ਇਜ਼ ਟਾਰਗੇਟ ਡੈਸਟੀਨੇਸ਼ਨ ਆਫ ਦੀ ਇਨੀਸ਼ੀਏਟਿਵ ਮਿਸ਼ਨਸ ਓਡੀਸੀਸਿਸ ਸਪੇਸ ਕ੍ਰਾਫਟ ਲੌਂਚ ਓਨ ਸਪੇਸ ਐਕਸ ਫਾਲਕਰ 9 ਰਾਕਟ ਸੋ ਇਹ ਜਿਹੜਾ ਟਾਰਗੇਟ ਸੀ ਇਹ ਮਿਸ਼ਨ ਮੂਨ ਮਿਸ਼ਨ ਦਾ ਸੀ ਨੈਕਸਟ ਇਨ ਵਿੱਚ ਇਵੈਂਟ ਡਿਡ ਜੋਦੀ ਜਾਰਾਜਾਈ ਵਿਨ ਦੀ 골ਡ ਮੈਡਲ ਐਟ ਦੀ ਏਸ਼ੀਅਨ ਇਨਡੋਰ ਐਥਲੀਟਸ ਚੈਂਪੀਅਨਸ਼ਿਪ ਸੋ ਕਹਿੰਦੇ ਕਿ ਜੋਤੀ ਜਾਰਾ ਜਿਹੜੀ ਜਾਰਾ ਜੀ ਸੀ ਉਹਨੇ 골ਡ ਮੈਡਲ ਜਿੱਤਿਆ ਸੀ ਏਸ਼ੀਅਨ ਇਨਡੋਰ ਐਥਲੀਟਸ ਚੈਂਪੀਅਨਸ਼ਿਪ ਦੇ ਵਿੱਚ ਸੋ ਇਹ ਕਿਹੜੇ ਇਵੈਂਟ ਦੇ ਵਿੱਚ ਜਿੱਤਿਆ ਸੀ ਇਹ 60 ਮੀਟਰ ਹਰਡਲਸ ਦੇ ਵਿੱਚ ਜਿੱਤਿਆ ਸੀ ਨੈਕਸਟ ਵਿਚ ਆਰਗੇਨਾਈਜੇਸ਼ਨ ਸਾਈਨ ਦੀ ਮੈਮੋਰੈਂਡਮ ਆਫ ਯੂਨੀਅਨ ਵਿਦ ਬੈਂਗਲੁਰੂ ਇੰਸਟੀਚਿਊਟ ਟੂ ਪ੍ਰੋਵਾਈਡ ਹਾਇਰ ਐਜੂਕੇਸ਼ਨ ਸੋ ਇਹ ਜਿਹੜਾ ਐਮ ਓ ਯੂ ਸਾਈਨ ਕੀਤਾ ਕੀਤਾ ਐਸ ਐਸ ਬੀ ਨੇ ਨੈਕਸਟ ਵਿਚ ਸਟੇਟਸ ਸਿਨੇਟ ਸੀਟ ਇਜ਼ ਅਸ਼ਵਿਨ ਆਰਾਮ ਸੁਆਮੀ ਜੀਨਸ ਜੈਡ ਇੰਡੀਅਨ ਅਮਰੀਕਨ ਰਨਿੰਗ ਫੋਰ ਸੋ ਇਹਦਾ ਆਨਸਰ ਹੈ ਜਾਰਜੀਆ ਨੈਕਸਟ which country celebrate national democracy day on falgun 7 of vikram sambat so a ida answer hai nepal kende nepal jedi dehra desh hai unne celebrate kita national democracy day next on which day is world peace and understanding day observed globally kende vi ਕਿਹੜੇ ਦਿਨ ਜਿਹੜਾ ਵਿਸ਼ਵ ਦਾ ਸ਼ਾਂਤੀ ਤੇ ਅੰਡਰਸਟੈਂਡਿੰਗ ਲਈ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਯਾਨੀ ਅਬਜ਼ਰਵ ਕੀਤਾ ਗਿਆ ਸੋ ਇਹਦਾ ਆਨਸਰ ਹੈ 23 ਫਿਬਰੂਰੀ ਨੈਕਸਟ ਵਿਚ ਕੰਟਰੀ ਹੋਸਟਡ ਦਾ ਯੂਕਰੇਨ ਰੀਕਨਸਟ ਰੀਕਨਸਟਰਕਸ਼ਨਸ ਕਾਨਫਰੰਸ ਸੋ ਇਹਦਾ ਆਨਸਰ ਹੈ ਜਪਾਨ ਜਪਾਨ ਨੇ ਹੋਸਟ ਕੀਤਾ ਯੂਕਰੇਨ ਰੀਕਨਸਟਰਕਸ਼ਨ ਕਾਨਫਰੰਸ ਜਿਹੜੀ ਸੋ ਦੋਸਤੋ ਵੀਡੀਓ ਵਧੀਆ ਲੱਗੀ ਹੈ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਣੇ ਰਹੋ ਬਲੈਕ ਹੋਲ ਪੁਆਇੰਟ YouTube ਚੈਨਲ ਦੇ ਨਾਲ ਜਲਦੀ ਹੀ ਆਵਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ